ਪ੍ਰਿੰਸੀ ਪਬਲਿਕ ਸਕੂਲ ਲੋਹਗੜ੍ਹ ਵੱਲੋਂ ਨਵੀਂ ਬ੍ਰਾਂਚ ਇਨਸਾਈਡ ਲੋਹਗੜ੍ਹ ਗੇਟ ਵਿਖੇ ਖੋਲ੍ਹੀ ਗਈ ਹੈ। ਬ੍ਰਾਂਚ ਦੀ ਸ਼ੁਰੂਆਤ ਹਵਨ ਅੱਗੇ ਨਾਲ ਕੀਤੀ ਗਈ। ਮੈਨੇਜਰ ਪ੍ਰਦੀਪ ਸਰੀਨ, ਸੁਮਨ ਸਰੀਨ, ਪ੍ਰਿੰਸੀਪਲ ਕਿਰਨ ਸਰੀਨ, ਰਵਿ ਸਰੀਨ ਸਮੇਤ ਕਈ ਲੋਕ ਮੌਜੂਦ ਸਨ। ਅਗਨੀ ਦੇਵਾਯ ਨਮਃ ਓਮ ਨਮੇ ਜਾਨਿ ਸਮਰਪਯਮ ਅਗਨੀ ਦੇਵ ਐਸੇ ਔਂਕੀ ਕਰਕੇ ਜੋ ਬਚੇ ਨੂੰ ਪਹਿਲੇ। ਮੁਝੇ ਅੱਜ ਬਹੁਤ ਖੁਸ਼ੀ ਹੈ ਕਿ ਅੱਜ ਪ੍ਰਿਥਵੀ ਪਬਲਿਕ ਸਕੂਲ ਕੀ ਤੀਸਰੀ ਬ੍ਰਾਂਚ ਖੋਲ੍ਹੀ ਜਾ ਰਹੀ ਹੈ ਔਰ ਸ਼ਿਵਰਾਤਰੀ ਵਾਲੇ ਦਿਨ ਹਮਨੇ ਹਵਨ ਕੇ ਸਾਥ ਸਕੂਲ ਕੇ ਸਟਾਫ ਕੇ ਸਾਥ ਸਕੂਲ ਕੇ ਮੈਨੇਜਰ ਪ੍ਰਧਾਨ ਪ੍ਰਿੰਸੀਪਲ ਔਰ ਮੈਨੇਜਮੈਂਟ ਕਮੇਟੀ ਕੇ ਸਦੱਸਯ ਸਭੀ ਨੇ ਬੈਠ ਕੇ ਹਵਨ ਕੀਆ ਔਰ ਬੱਚੋਂ ਕੋ ਔਰ ਸ਼ਿਕਸ਼ਾ ਅੱਛੀ ਮਿਲ ਸਕੇ ਇਸਕੇ ਲੀਏ ਇੱਕ ਔਰ ਨਯਾ ਪ੍ਰਯਾਸ ਕੀਆ ਹੈ।